ਸਤਿ ਸ਼੍ਰੀ ਅਕਾਲ ਜੀ। ਰਿਜ਼ਲਟ ਤੁਹਾਡਾ ਮਿਲ ਗਿਆ ਤੁਹਾਨੂੰ। ਜਿਹੜੇ ਕੈਂਡੀਡੇਟ ਸਿਲੈਕਟ ਹੋਏ ਆ ਟਾਈਪ ਟੈਸਟ ਵਾਸਤੇ, ਉਹਨਾਂ ਨੂੰ ਪਹਿਲਾਂ ਤਾਂ ਵਧਾਈਆਂ। ਅਤੇ ਜਿਹੜੇ ਬੱਚੇ ਰਹਿ ਗਏ ਆ, ਬਹੁਤ ਕੱਲ੍ਹ ਦੇ ਕਮੈਂਟ ਕਾਲਸ ਆ ਰਹੀਆਂ ਸੀਗੀਆਂ, ਅਤੇ ਬਹੁਤ ਬੱਚੇ ਜਿਹੜੇ ਇਸ ਤਰ੍ਹਾਂ ਦੇ ਵੀ ਹੈਗੇ, ਜਿਹੜੇ 45 ਨੰਬਰਾਂ ਨਾਲ ਵੀ ਲਿਸਟ ਵਿੱਚ ਆਏ ਹੋਏ ਆ, ਅਤੇ ਜਿਹੜੇ 65 ਵਾਲੇ 70 ਵਾਲੇ ਹੈਗੇ, ਉਹ ਵੀ ਕਈ ਵਿੱਚੋਂ ਬਾਹਰ ਹੋਏ ਹੋਏ ਆ। ਜਿਹੜੇ ਬਾਹਰ ਹੋਏ ਉਹ ਜਨਰਲ ਕੈਟਾਗਰੀ ਵਾਲੇ ਬੱਚੇ ਹੀ ਬਾਹਰ ਹੋਏ, ਬਾਕੀ ਕੈਟਾਗਰੀ ਵਾਲੇ ਬੱਚੇ ਮੇਰੇ ਹਿਸਾਬ ਨਾਲ ਸਹੀ ਰਿਜ਼ਲਟ ਹੀ ਹੋਏਗਾ। ਕਿਸੇ ਨੇ ਕਮੈਂਟ ਉਸ ਤਰ੍ਹਾਂ ਦਾ ਕੀਤਾ ਨਹੀਂ ਹੈਗਾ, ਸਿਰਫ ਜਨਰਲ ਵਾਲੇ ਹੀ ਜ਼ਿਆਦਾ ਗੱਲ ਕਰਦੇ ਪਏ ਆ। ਸੈਕਿੰਡ ਲਿਸਟ ਪਏਗੀ ਕਿ ਨਹੀਂ ਪਏਗੀ, ਇਹ ਵੀ ਤੁਹਾਨੂੰ ਪਤਾ ਹੀ ਵੀ 5600 ਬੰਦੇ ਦੀ ਲਿਸਟ ਪਈ ਹੋਈ ਅਤੇ 3000 ਪੋਸਟਾਂ ਆ। ਹੁਣ 2600 ਬੰਦਾ ਜੇ ਫੇਲ ਹੁੰਦਾ ਆ, ਉਦੋਂ ਬਾਅਦ ਜੇ ਬਚਦੀ ਆ ਸੀਟ, ਫਿਰ ਦੁਬਾਰਾ ਗਵਰਨਮੈਂਟ ਦੁਆਰਾ ਲਿਸਟ ਪਾ ਸਕਦੀ। ਮੇਰੇ ਹਿਸਾਬ ਨਾਲ ਹੁਣ ਦੁਬਾਰਾ ਲਿਸਟ ਨਹੀਂ ਪਏਗੀ। ਹੁਣ 2600 ਬੰਦੇ ਦਾ ਫੇਲ ਹੋਣਾ ਨਾਮੁਮਕਿਨ ਹੈ, ਵੀ ਇੰਨਾ ਇਹ ਨਹੀਂ ਹੋ ਸਕਦਾ ਵੀ ਇੰਨੇ ਬੰਦੇ ਫੇਲ ਹੋਣਗੇ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਬੰਦੇ ਜਨਰਲ ਵਾਲੇ ਰਹਿ ਗਏ ਆ, ਵੱਧ ਨੰਬਰ ਹੋਣ ਦੇ ਬਾਵਜੂਦ ਵੀ ਬਾਹਰ ਹੋ ਗਏ ਆ, ਕਿਉਂਕਿ ਗਵਰਨਮੈਂਟ ਨੇ 40% ਦੀ ਸ਼ਰਤ ਰੱਖੀ ਸੀ। ਜਿਹੜਾ ਨੋਟੀਫਿਕੇਸ਼ਨ ਪਹਿਲਾਂ ਆਇਆ ਸੀ ਉਹ 'ਚ ਕਿਹਾ ਸੀ 40% ਵਾਲੇ ਬੱਚਿਆਂ ਨੂੰ ਐਲੀਜੀਬਲ ਮੰਨਿਆ ਜਾਏਗਾ ਟਾਈਪ ਟੈਸਟ ਵਾਸਤੇ, ਵੀ 48 ਨੰਬਰਾਂ ਵਾਲਾ ਬੱਚੇ ਦਾ ਟਾਈਪ ਟੈਸਟ ਹੋਏਗਾ ਹੋਏਗਾ। ਪਰ ਇਹਦੇ ਵਿੱਚ ਹੁਣ ਜਨਰਲ ਇਹ ਜਿਹੜੀ ਲਿਸਟ ਪੈ ਗਈ ਆ, ਮੇਰੇ ਹਿਸਾਬ ਨਾਲ ਇਹ ਮੈਰਿਟ ਦੇ ਅਕੋਰਡਿੰਗ ਪੈ ਗਈ ਆ। ਇਸ ਕਰਕੇ ਤੁਹਾਨੂੰ ਜਨਰਲ ਕੈਟਾਗਰੀ ਵਾਲੇ ਬੱਚੇ ਹੈਗੇ ਆ, ਤੁਹਾਨੂੰ ਐਸਐਸ ਬੋਰਡ ਤੱਕ ਪਹਿਲਾਂ ਹੀ ਪਹੁੰਚ ਕਰਨੀ ਚਾਹੀਦੀ ਆ। ਵੀ ਤੁਸੀਂ ਭਾਵੇਂ ਜੋਬ ਭਾਵੇਂ ਨਾ ਵੀ ਮਿਲੇ, ਪਰ ਤੁਸੀਂ ਇੱਕ ਵਾਰੀ ਟਾਈਪ ਵਾਸਤੇ ਐਲੀਜੀਬਲ ਹੋਣੇ ਚਾਹੀਦੇ ਸੀ। ਜੋ ਰੂਲ ਸੀਗਾ, ਜੋ ਨੋਟੀਫਿਕੇਸ਼ਨ ਵਿੱਚ ਲਿਖਿਆ ਸੀ, ਉਹਦੇ ਅਕੋਰਡਿੰਗ ਤੁਹਾਡਾ ਟਾਈਪ ਟੈਸਟ ਹੋਣਾ ਬਣਦਾ ਸੀਗਾ। ਮੈਰਿਟ ਤਾਂ ਬਾਅਦ ਦੀ ਗੱਲ ਆ, ਬਹੁਤ ਬੱਚੇ ਚੋਂ ਫੇਲ ਵੀ ਹੋਣਗੇ। ਉਦੋਂ 2600 ਬੰਦਾ ਫੇਲ ਨਹੀਂ ਹੁੰਦਾ, ਇਹ ਤਾਂ ਆਪਾਂ ਮੰਨਦੇ ਹੀ ਹਾਂ, ਪਰ ਜਿਹੜੇ ਬੱਚੇ 48 ਵਾਲੇ ਹੈਗੇ ਉਹਨਾਂ ਦਾ ਟਾਈਪ ਟੈਸਟ ਹੋਣਾ ਚਾਹੀਦਾ ਸੀਗਾ। ਇਸ ਕਰਕੇ ਜਿਹੜੇ ਜਨਰਲ ਕੈਟਾਗਰੀ ਬੰਦੇ ਬੱਚੇ ਜਿਹੜੇ ਬਾਹਰ ਹੋ ਗਏ ਆ, ਉਹਨਾਂ ਨੂੰ ਐਸਐਸ ਬੋਰਡ ਤੱਕ ਪਹੁੰਚ ਕਰਨੀ ਚਾਹੀਦੀ ਹੈ, ਮਿਲਣਾ ਚਾਹੀਦਾ। ਵੀ ਦੱਸੋ ਵੀ ਕਿਸ ਬੇਸ 'ਤੇ ਕਿਹਦੇ ਅਕੋਰਡਿੰਗ ਤੁਸੀਂ ਲਿਸਟ ਪਾਈ ਆ, ਕਿ ਇੱਦੂ ਬਾਅਦ ਸੈਕਿੰਡ ਲਿਸਟ ਆਏਗੀ, ਕਿ ਬਾਕੀ ਬੱਚੇ ਨੂੰ ਬੁਲਾਇਆ ਜਾਏਗਾ, ਉਹ ਤੁਸੀਂ ਕਨਫਰਮ ਐਸਐਸ ਬੋਰਡ ਦੇ ਲੋਕਲ ਬੱਚੇ ਮੋਹਾਲੀ ਜਾਂ ਚੰਡੀਗੜ੍ਹ ਦੇ ਨੇੜੇ ਰਹਿਣ ਵਾਲੇ ਬੱਚੇ ਹੈਗੇ ਆ, ਉਹ ਐਸਐਸ ਬੋਰਡ ਤੱਕ ਪਹੁੰਚ ਕਰਨ, ਤਾਂ ਜੋ ਤੁਹਾਨੂੰ ਕਲੀਅਰ ਹੋ ਜਾਵੇ ਵੀ ਤੁਹਾਡਾ ਟੈਸਟ ਹੋਏਗਾ, ਤੁਸੀਂ ਤਿਆਰੀ ਕਰ ਸਕੋ। ਜੇ ਹੁਣ ਗਵਰਨਮੈਂਟ ਦੀ ਲਾਸਟ ਲਿਸਟ ਆ, ਫਿਰ ਤਾਂ ਧੱਕਾ ਤਾਂ ਧੱਕਾ ਨਹੀਂ ਕਹਿ ਸਕਦੇ, ਕਿਉਂਕਿ ਉਹ ਮੈਰਿਟ ਦੇ ਅਕੋਰਡਿੰਗ ਲਿਸਟ ਪਾਈ ਹੋਊਗੀ। ਪਰ ਧੱਕਾ ਇਸ ਗੱਲ ਦਾ ਵੀ, ਜੇ 40% ਕਿਹਾ ਸੀ ਉਹਦੇ ਅਕੋਰਡਿੰਗ ਬੱਚੇ ਜਿਹੜੇ 48 ਨੰਬਰਾਂ ਵਾਲੇ ਆ, ਉਹ ਸਾਰੇ ਐਲੀਜੀਬਲ ਹੋਣੇ ਚਾਹੀਦੇ ਸੀ, ਭਾਵੇਂ ਜਿਹੜੀ ਮਰਜ਼ੀ ਕੈਟਾਗਰੀ ਦਾ ਬੱਚਾ ਹੋਵੇ। ਹੁਣ SC MP ਵਿੱਚ ਮੈਂ ਹੁਣ ਲਿਸਟ ਦੇਖ ਰਿਹਾ ਸੀ ਵੀ 46-45 ਵਾਲੇ ਬੱਚੇ ਵੀ ਐਲੀਜੀਬਲ ਆ, ਅਤੇ ਜਿਹੜੇ ਜਨਰਲ ਵਾਲੇ ਮੈਨੂੰ ਕੱਲ੍ਹ ਦੇ ਮੈਸੇਜ ਕਾਲ ਕਰ ਰਹੇ ਆ, ਉਹ 65 ਨੰਬਰਾਂ ਵਾਲੇ ਵੀ ਇਸ ਲਿਸਟ ਵਿੱਚੋਂ ਬਾਹਰ ਹੋ ਗਏ ਆ। ਇਸ ਤੁਹਾਨੂੰ ਐਸਐਸ ਬੋਰਡ ਤੱਕ ਹੁਣੇ ਹੀ ਪਹੁੰਚ ਕਰਨੀ ਚਾਹੀਦੀ, ਇਕੱਠੇ ਹੋ ਕੇ ਮਿਲੋ ਵੀ ਸਾਡਾ ਟੈਪ ਟੈਸਟ ਜ਼ਰੂਰ ਲਿਆ ਜਾਵੇ, ਅਸੀਂ 48 ਨਾਲ ਐਲੀਜੀਬਲ ਹੈਗੇ ਹਾਂ। ਜੋਬ ਨਹੀਂ ਮਿਲਣੀ ਉਹ ਤਾਂ ਬਾਅਦ ਦੀ ਗੱਲ ਹੈਗੀ ਆ। ਫਿਲਹਾਲ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਵੀ ਜਿਹੜੇ ਸਾਰੇ 40% ਵਾਲੇ ਬੱਚੇ ਹੈਗੇ ਆ, ਜੋ ਐਡਵਰਟਾਈਜ਼ਮੈਂਟ ਵਿੱਚ ਆਇਆ ਸੀ ਉਹਦੇ ਅਕੋਰਡਿੰਗ ਪੇਪਰ ਲਿਆ ਜਾਣਾ ਚਾਹੀਦਾ। ਇਸ ਕਰਕੇ ਬੱਚੇ ਵੇਟ ਨਾ ਕਰਨ, ਤੁਹਾਨੂੰ ਕਲੀਅਰਲੀ ਕਨਫਰਮ ਹੋ ਜਾਏ, ਇਸ ਕਰਕੇ ਪਹਿਲਾਂ ਹੀ ਪਤਾ ਕਰੋ ਐਸਐਸ ਬੋਰਡ ਜਾ ਕੇ ਵੀ ਤੁਹਾਡਾ ਟੈਸਟ ਹੋਏਗਾ ਕਿ ਨਹੀਂ ਹੋਏਗਾ। ਠੀਕ ਹੈ, ਥੈਂਕ ਯੂ।